ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰਾਈਮ ਵੂਮਨ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਕੁਸਮ ਸੋਨੀਆ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ, ਤੇ ਹਰਮਨ ਜੀ ਤੁਹਾਡਾ ਵੀ। ਸ਼ੁਕਰੀਆ ਜੀ। ਸੋਹਣੇ ਲੱਗੀ ਜਾਂਦੇ ਅੱਜ। ਸ਼ੁਕਰੀਆ। ਨਵਾਂ ਨਵਾਂ ਕੁੜਤਾ, ਨਿਊ ਨਿਊ ਪਿੰਚ। ਸ਼ੁਕਰੀਆ ਸ਼ੁਕਰੀਆ। ਵੈਸੇ ਨਵੀਂ ਚੀਜ਼ ਜਦੋਂ ਬੰਦੇ ਨੇ ਪਾਈ ਹੁੰਦੀ ਆ ਨਾ, ਇੱਕ ਵੱਖਰੀ ਐਨਰਜੀ ਨਹੀਂ ਹੁੰਦੀ? ਬਿਲਕੁਲ। ਤੁਹਾਨੂੰ ਕੀ ਲੱਗਦਾ? ਦੇਖੋ, ਇਹ ਨਾ ਮੈਂ ਕਿਤੇ ਪੜਿਆ ਸੀ, ਮੈਂ ਅੱਗੇ ਵੀ ਅਕਸਰ ਇਹ ਗੱਲ ਕਰਦੀ ਹੁੰਦੀ ਆ ਕਿ ਰੰਗਾਂ ਦਾ ਤੇ ਤੁਹਾਡੇ ਕੱਪੜਿਆਂ ਦਾ, ਤੁਹਾਡੇ ਜਿਹੜਾ ਤੁਹਾਡਾ ਕੌਨਫੀਡੈਂਸ ਹੈ, ਤੁਹਾਡਾ ਵਿਅਕਤੀਤਵ ਹੈ, ਉਹਦੇ ਉੱਪਰ ਬਹੁਤ ਜ਼ਿਆਦਾ ਗਹਿਰਾ ਅਸਰ ਹੁੰਦਾ, ਖਾਸ ਕਰ ਔਰਤਾਂ ਦੇ ਲਈ ਤਾਂ ਇਹ ਜ਼ਿਆਦਾ। ਜਦੋਂ ਤੁਸੀਂ ਗੂੜੇ ਰੰਗ ਪਾਏ ਹੋਣ, ਜਦੋਂ ਤੁਸੀਂ ਬ੍ਰਾਈਟ ਕਲਰਸ ਹੈ ਨਾ, ਜਿਹੜੇ ਕਹਿ ਲਓ ਵੀ ਦੂਰੋਂ ਹੀ ਪਛਾਣੇ ਜਾਣ, ਦੂਰੋਂ ਪਛਾਣਨਾ ਮਤਲਬ ਇਹ ਨਹੀਂ ਵੀ ਤਿੱਖਾ ਜਾਂ ਲਾਲ ਰੰਗ ਸਿਖਰ ਦੁਪਹਿਰੇ ਪਾ ਕੇ ਬਤ, ਮੇਰੇ ਕਹਿਣ ਦਾ ਮਤਲਬ ਵੀ ਫਿੱਕੇ ਨਾ ਹੋਣ। ਹਾਂ, ਫਿੱਕੇ ਨਾ ਹੋਣ। ਜਦੋਂ ਤੁਸੀਂ ਗੂੜੇ ਰੰਗ ਪਾਉਂਦੇ ਹੋ ਤੇ ਉਸ ਦਿਨ ਤੁਸੀਂ ਕਦੇ ਵੀ ਇਹ ਚੀਜ਼ ਧਿਆਨ ਦੇ ਕੇ ਦੇਖ ਲਿਓ ਵੀ ਉਸ ਦਿਨ ਤੁਸੀਂ ਬਹੁਤ ਜ਼ਿਆਦਾ ਐਨਰਜੈਟਿਕ, ਬਹੁਤ ਜ਼ਿਆਦਾ ਊਰਜਾਵਾਨ ਮਹਿਸੂਸ ਕਰਦੇ ਹੋ। ਜਿਸ ਦਿਨ ਤੁਸੀਂ ਫਿੱਕੇ ਰੰਗ ਪਾਏ ਹੋਣ, ਉਸ ਦਿਨ ਐਵੇਂ ਮੂਡ ਉਦਾਸ ਡਾਊਨ ਜਿਹਾ ਰਹਿੰਦੇ ਹੋ ਤੁਸੀਂ, ਹੈ ਨਾ? ਤੁਹਾਡਾ ਮੂਡ ਜਿਹੜਾ ਉਹ ਘਟਿਆ ਜਿਹਾ ਰਹਿੰਦਾ, ਤੁਹਾਨੂੰ ਕੁਛ ਚੰਗਾ ਜਿਹਾ ਲੱਗਦਾ, ਜ਼ਿਆਦਾਤਰ ਐਵੇਂ ਹੁੰਦਾ। ਮੈਂ ਹਰੇਕ ਦੀ ਗੱਲ ਨਹੀਂ, ਜਿਵੇਂ ਉਹ ਅੱਜ ਕੱਲ੍ਹ ਚੁਟਕਲਾ ਬੜਾ ਮਸ਼ਹੂਰ ਹੋ ਰਿਹਾ ਜੀ, ਕਹਿੰਦੇ ਵੀ ਘਰ ਵਾਲਾ ਕਹਿੰਦਾ ਘਰ ਵਾਲੀ ਨੂੰ ਵੀ ਤੂੰ ਠੀਕ ਜਿਹਾ ਨਹੀਂ ਲੱਗਦੀ, ਤਬੀਅਤ ਜੀ ਠੀਕ ਨਹੀਂ, ਡਾਕਟਰ ਨੂੰ ਦਿਖਾ ਲੈਣਾ। ਕਹਿੰਦੀ ਆਈ ਸੀ ਦਿਖਾ ਕੇ ਆਈ ਸੀ, ਉਹਨੇ ਖੂਨ ਦੇ ਵਿੱਚ ਸ਼ੋਪਿੰਗ ਦੀ ਕਮੀ ਦੱਸੀ। ਬਿਲਕੁਲ, ਇਹ ਕਾਫੀ ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ ਸਾਨੂੰ ਸ਼ੋਪਿੰਗ ਤੋਂ ਵੀ ਮਿਲਦੇ ਆ। ਸਹੀ ਗੱਲ, ਸ਼ੋਪਿੰਗ ਤੋਂ ਹੀ ਮਿਲਦੇ ਨੇ ਜ਼ਿਆਦਾ, ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ, ਤੇ ਕਿਉਂਕਿ ਸਾਡੀ ਸ਼ੋਪਿੰਗ ਵੀ ਤਾਂ ਕੁਝ ਖਾਧੇ ਪੀਤੇ ਬਿਨਾਂ ਪੂਰੀ ਨਹੀਂ ਹੁੰਦੀ। ਹਾਂ ਬਿਲਕੁਲ, ਜਦ ਤੱਕ ਅਸੀਂ ਮਤਲਬ ਹਜ਼ਾਰਾਂ ਦੀ ਸ਼ੋਪਿੰਗ ਕਰਕੇ ਦਸਾਂ ਦੇ ਗੋਲਗੱਪੇ ਨਾ ਖਾ ਲਈਏ, ਤਦ ਤੱਕ ਇਹ ਲੱਗਦਾ ਵੀ ਕੁਛ ਅਧੂਰਾ ਜਿਹਾ, ਮਜ਼ਾ ਨਹੀਂ ਆਇਆ ਸ਼ੋਪਿੰਗ ਕਰਨ ਦਾ, ਹੈ ਨਾ? ਟਿੱਕ ਟੁੱਕ ਜੇ ਖਾ ਲਈਏ। ਚਲੋ ਚਲੋ, ਮੂੰਹ 'ਚ ਪਾਣੀ ਨਾ ਦਵਾਓ, ਅੱਜ ਕੱਲ੍ਹ ਬਾਹਰਲਾ ਬੰਦ ਕੀਤਾ ਹੋਇਆ ਆਪਾਂ, ਬਰਸਾਤਾਂ ਚੱਲ ਰਹੀਆਂ, ਸਾਉਣ ਦਾ ਮਹੀਨਾ। ਤੁਸੀਂ ਪੂੜੇ ਲੈ ਕੇ ਆਉਣੇ ਸੀ ਸੱਚ? ਕਦੋਂ ਕਿਹਾ ਮੈਂ? ਨਹੀਂ ਕਿਹਾ, ਚਲੋ ਹੁਣ ਕਹਿ ਦਿਓ, ਹੁਣ ਲੈ ਆਵਾਂਗੇ ਫਿਰ। ਇਹ ਕਿਹੜੀ ਗੱਲ ਕਰਤੀ ਕੁਸਮ ਜੀ, ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਜੀ। ਹੁਣ ਜੇ ਆਪਾਂ ਰੰਗਾਂ ਤੋਂ ਬਾਹਰ ਆਈਏ ਤੇ ਆਪਾਂ ਕੱਪੜਿਆਂ ਤੋਂ ਬਾਹਰ, ਹਾਂ ਕੱਪੜਿਆਂ ਦੀ ਗੱਲ ਤਾਂ ਰਹੇਗੀ, ਰੰਗਾਂ ਦੀ ਹੋਈ ਸੀ ਸਿਰਫ ਕਿ ਜਦੋਂ ਤੁਸੀਂ ਇੱਕ ਪ੍ਰੋਪਰ ਫਿਟਿੰਗ ਵਾਲਾ ਕੱਪੜਾ ਪਾਉਂਦੇ ਹੋ, ਜਿਹਦੇ ਵਿੱਚ ਤੁਸੀਂ, ਫਿਟਿੰਗ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਫਸਵੇਂ ਜੇ ਕੱਪੜੇ ਹੋਣ, ਫਿਟਿੰਗ ਦਾ ਮਤਲਬ ਇਹ ਕਿ ਜਿਹ 'ਚ ਤੁਸੀਂ ਆਪਣੇ ਆਪ ਨੂੰ ਆਰਾਮਦਾਇਕ ਮਹਿਸੂਸ ਕਰੋ, ਜਦੋਂ ਤੁਸੀਂ ਇੱਦਾਂ ਦੇ ਕੱਪੜੇ ਪਾਉਂਦੇ ਹੋ, ਨਵਾਂ ਕੱਪੜਾ ਪਾਉਂਦੇ ਹੋ, ਤਾਂ ਉਸ ਦਿਨ ਇਹ ਹੈ ਨਾ ਕਹਿ ਲਓ ਵੀ ਕੁਦਰਤੀ ਹੈ ਕਿ ਤੁਸੀਂ ਬਹੁਤ ਊਰਜਾਵਾਨ ਮਹਿਸੂਸ ਕਰਦੇ ਹੋ, ਬਹੁਤ ਜ਼ਿਆਦਾ ਖਿੜਿਆ ਖਿੜਿਆ ਮਹਿਸੂਸ ਕਰਦੇ ਹੋ, ਤੁਹਾਨੂੰ ਐ ਲੱਗਦਾ ਹੈ ਕਿ ਮੇਰੇ 'ਚ ਕੌਨਫੀਡੈਂਸ ਪਾਓ। ਵੈਸੇ ਵੀ ਤੁਸੀਂ ਜ਼ਿਆਦਾ ਖੁੱਲ੍ਹਾ ਜਿਹਾ ਕੱਪੜਾ ਪਾਇਆ ਹੋਵੇ ਜਾਂ ਜਿਹੜਾ ਤੁਹਾਨੂੰ ਅਨਕੰਫਰਟੇਬਲ ਜਿਹਾ ਲੱਗਦਾ ਹੋਵੇ, ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਪੂਰਾ ਨਹੀਂ ਸਮਝਦੇ ਨਾ, ਉਹ ਵੈਸੇ ਵੀ ਤੁਹਾਨੂੰ ਨੈਗੇਟਿਵਿਟੀ ਦਿੰਦਾ ਰਹਿੰਦਾ, ਉਹ ਤੁਹਾਨੂੰ ਨਾ ਤਾਂ ਤੁਹਾਡੇ ਕੰਮ ਦੇ ਵਿੱਚ ਕੋਈ ਬਣਨ ਦਿੰਦਾ, ਫੋਕਸ ਬਣਨ ਦਿੰਦਾ, ਹੈ ਨਾ? ਸੋ ਇਹ ਜ਼ਰੂਰੀ ਆ ਵੀ ਅਸੀਂ ਵਧੀਆ ਖਿੜੇ ਖਿੜੇ ਰੰਗਾਂ ਵਾਲੇ ਤੇ ਵਧੀਆ ਫਿਟਿੰਗ ਵਾਲੇ ਕੱਪੜੇ ਪਾਏ। ਬਰਸਾਤਾਂ 'ਚ ਤਾਂ ਵੈਸੇ ਵੀ ਜੇ ਖਿੜੇ ਖਿੜੇ ਰੰਗ ਪਾਏ ਹੋਣ ਤਾਂ ਬਹੁਤ ਸੋਹਣੇ ਲੱਗਦੇ, ਜਦੋਂ ਮੀਂਹ ਪੈ ਕੇ ਜਿਵੇਂ ਕੁਦਰਤ ਖਿੜਦੀ ਨਾ, ਤੁਸੀਂ ਵੀ ਖਿੜੇ ਖਿੜੇ ਲੱਗਦੇ ਹੋ ਫਿਰ। ਬਿਲਕੁਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅਸੀਂ ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਬੀਬੀਆਂ ਦੇ ਬਾਰੇ 'ਚ ਗੱਲਬਾਤ ਕਰੀਦੀ ਹੈ ਜਿਨ੍ਹਾਂ ਨੇ ਆਪਣਾ ਇੱਕ ਨਾਂ ਚਮਕਾ ਲਿਆ, ਬਿਲਕੁਲ ਇੱਕ ਦੁਨੀਆ 'ਚ ਵੱਖਰੀ ਥਾਂ ਜਿਹੜੀ ਆ ਉਹ ਬਣਾ ਲਈ ਤੇ ਲੋਕਾਂ ਦੇ ਵਿੱਚ ਆਪਣਾ ਨਾਂ ਬਣਾ ਲਿਆ। ਔਰ ਅੱਜ ਜਿਹੜੀ ਪ੍ਰਾਈਮ ਵੂਮਨ ਦੀ ਅਸੀਂ ਗੱਲ ਕਰਨੀ ਆ ਜੀ, ਉਹ ਪਹਿਲਾਂ ਤਾਂ ਪੈਰਾ ਐਥਲੀਟ ਆ, ਉਹ ਦੋ ਬੱਚਿਆਂ ਦੀ ਮਾਂ ਵੀ ਆ, ਵਾਹ, ਸਪੋਰਟਸ ਵੂਮਨ ਹੈ, ਔਰ ਉਹ ਪੋਲੀਓ ਸਰਵਾਈਵਰ ਵੀ ਆ। ਓਕੇ, ਯੈਸ, ਮਤਲਬ ਕਿ ਪੂਰੀ ਤਰ੍ਹਾਂ ਦੇ ਨਾਲ ਸਰੀਰਕ ਤੌਰ ਦੇ ਉੱਪਰ ਜੀ, ਪੂਰੀ ਤਰ੍ਹਾਂ ਤਾਂ ਨਹੀਂ, ਉਹ ਕਮਰ ਤੋਂ ਜਿਹੜਾ ਨੀਚੇ ਵਾਲਾ ਹਿੱਸਾ ਹੈ ਨਾ, ਲੱਤਾਂ ਤੱਕ, ਮੈਂ ਕਹਿੰਦੀ ਸੀ ਵੀ ਪੂਰੀ ਤਰ੍ਹਾਂ ਦੇ ਨਾਲ ਸਰੀਰਕ ਤੌਰ ਤੇ ਉਹ ਪਰਫੈਕਟ ਨਹੀਂ ਹੈਗੇ, ਨਹੀਂ ਹੈਗੇ, ਪਰ ਉਹਨਾਂ ਦੇ ਕੰਮਾਂ ਦਾ ਕਰਕੇ, ਉਹਨਾਂ ਦੀ ਸੋਚ ਦਾ ਕਰਕੇ ਸ਼ੀ ਇਜ਼ ਪਰਫੈਕਟ। ਬਿਲਕੁਲ। ਔਰ 9 ਮਹੀਨਿਆਂ ਦੇ ਜਦੋਂ ਇਹ ਸੀਗੇ, ਸ਼ਵੇਤਾ ਸ਼ਰਮਾ ਹੈ ਇਹਨਾਂ ਦਾ ਨਾਮ, ਜਦੋਂ ਇਹ 9 ਮਹੀਨਿਆਂ ਦੇ ਸੀਗੇ ਉਦੋਂ ਇਹਨਾਂ ਨੂੰ ਪੋਲੀਓ ਹੋ ਗਿਆ ਸੀਗਾ। ਓਹੋ। ਪਰ ਕਾਫੀ ਜਿਹੜੀ ਸਾਰੀ ਜ਼ਿੰਦਗੀ ਆ ਇਹਨਾਂ ਦੀ ਹੁਣ ਤੱਕ ਉਹ ਪੋਲੀਓ ਦੇ ਨਾਲ ਹੀ ਬੀਤੀ, ਤੇ ਵੈਸੇ ਆਪਾਂ ਕਹਿ ਦਿੰਦੇ ਆ ਵੀ ਅੱਜ ਕੱਲ ਜਿਹੜਾ ਪੋਲੀਓ ਖਤਮ ਹੋ ਗਿਆ, ਪਰ ਹਾਲੇ ਵੀ ਪੂਰੀ ਤਰ੍ਹਾਂ ਇਹ ਖਤਮ ਨਹੀਂ ਹੋਇਆ। ਹੁਣ ਇਹਨਾਂ ਦੀ ਉਮਰ 32 ਸਾਲ ਆ, ਪਰ ਜਿਹੜਾ ਇਹ ਪੈਰਾ ਐਥਲੀਟ ਬਣੇ ਆ ਉਹ ਆ ਪਿਛਲੇ 2 ਸਾਲਾਂ ਦੇ ਵਿੱਚ ਹੀ ਇਹ ਬਣੇ ਆ, ਪਹਿਲਾਂ ਤੋਂ ਐ ਨਹੀਂ ਸੀਗਾ ਵੀ ਸ਼ੁਰੂ ਤੋਂ ਇਹਨਾਂ ਦੀ ਕੋਈ ਟ੍ਰੇਨਿੰਗ ਚੱਲ ਰਹੀ ਸੀ। ਨੋ, ਸਾਡੀ ਜ਼ਿੰਦਗੀ ਦੇ ਵਿੱਚ ਨਾ ਕੁਛ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਵੀ ਜਾਂ ਤਾਂ ਸਾਡੀ ਕੋਈ ਮਜਬੂਰੀ ਬਣ ਜਾਂਦੀ ਆ, ਪਰ ਕੁਦਰਤ ਦਾ ਇੱਕ ਕ੍ਰਿਸ਼ਮਾ ਹੁੰਦਾ ਵੀ ਉਹ ਭਾਵੇਂ ਮਜਬੂਰੀ ਬਣ ਕੇ ਤੁਹਾਡੇ ਤੱਕ ਉਹ ਚੀਜ਼ ਪਹੁੰਚੇ ਜਾਂ ਜਿਵੇਂ ਵੀ ਪਹੁੰਚੇ, ਪਰ ਜਿਸ ਚੀਜ਼ 'ਤੇ ਤੁਸੀਂ ਮਸ਼ਹੂਰ ਹੋਣਾ ਹੁੰਦਾ ਨਾ, ਤੁਹਾਡੇ ਤੱਕ ਪਹੁੰਚ ਹੀ ਜਾਂਦੀ ਆ। ਦੇਖੋ, ਗੱਲ ਇਹ ਆ ਵੀ ਜੋ ਕੁਝ ਵੀ ਵਾਪਰਦਾ ਤੁਹਾਡੀ ਜ਼ਿੰਦਗੀ ਦੇ ਵਿੱਚ, ਚਾਹੇ ਕੁਛ ਚੰਗਾ ਹੋਵੇ ਚਾਹੇ ਮਾੜਾ ਹੋਵੇ, ਮੇਰਾ ਇਹ ਮੰਨਣਾ
ਕਿ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਤੇ ਉਹ ਤੁਹਾਡੇ ਭਲੇ ਲਈ ਹੁੰਦਾ ਹਨਾ। ਤੇ ਹੁਣ ਜਿਵੇਂ ਤੁਸੀਂ ਕਿਹਾ ਇਹਨਾਂ ਦੀ ਗੱਲ ਕੀਤੀ ਸ਼ਵੇਤਾ ਸ਼ਰਮਾ, ਇਹ ਦੇਖੋ ਕਿ ਬੰਦਾ ਕਦੇ ਸੋਚਦਾ ਨਹੀਂ ਵੀ ਆਉਣ ਵਾਲਾ ਕੱਲ੍ਹ ਜਿਹੜਾ ਹੈ ਉਹ ਮੇਰਾ ਭਵਿੱਖ ਜਿਹੜਾ ਉਹ ਕਿਵੇਂ ਦਾ ਹੋਏਗਾ, ਮੈਂ ਕੀ ਕਰਾਂਗੀ ਹਨਾ। ਪਰ ਕੁਦਰਤ ਹਮੇਸ਼ਾ ਤੁਹਾਡੇ ਲਈ ਦਰਵਾਜ਼ੇ ਖੋਲਦੀ ਹੈ ਜੇ ਕਿਤੋਂ। ਮੇਰੇ ਫਾਦਰ ਸਾਹਿਬ ਹਮੇਸ਼ਾ ਇਹ ਕਹਿੰਦੇ ਹੁੰਦੇ ਨੇ ਕਿ ਜੇਕਰ ਪਰਮਾਤਮਾ ਨੇ ਕਿਸੇ ਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਰੱਖੀ ਹੈ ਤਾਂ ਉਹਨੂੰ ਰੱਬ ਨੇ ਇੱਕ ਗੁਣ ਵਾਧੂ ਜ਼ਰੂਰ ਦਿੱਤਾ ਹੁੰਦਾ। ਬਿਲਕੁਲ, ਉਹ ਕਹਿੰਦੇ ਹੁੰਦੇ ਕਦੇ ਵੀ ਇੱਕ ਰੱਗ ਉਹਨਾਂ ਦੀ ਜ਼ਿਆਦਾ ਹੁੰਦੀ ਹੈ। ਤੇ ਜੇ ਸ਼ਵੇਤਾ ਸ਼ਰਮਾ ਦੀ ਜੇ ਗੱਲ ਕਰੀਏ ਤਾਂ 2015 ਤੱਕ ਇਹਨਾਂ ਦਾ ਕੋਈ ਇਹੋ ਜਿਹਾ ਪਲਾਨ ਨਹੀਂ ਸੀਗਾ ਕਿ ਮੈਂ ਖੇਡਾਂ ਦੇ ਵਿੱਚ ਜਾਣਾ ਜਾਂ ਕੁਛ ਇਸ ਤਰ੍ਹਾਂ ਦਾ ਕਰਨਾ। ਪਰ 2016 ਦੇ ਵਿੱਚ ਇਹਨਾਂ ਦੇ ਜਿਹੜੇ ਪਤੀ ਸੀਗੇ ਉਹਨਾਂ ਦੀ ਨੌਕਰੀ ਛੁੱਟ ਗਈ, ਘਰ ਦੇ ਵਿੱਚ ਖਰਚਾ ਜਿਹੜਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ, ਉਹਨਾਂ ਨੂੰ ਨਵੀਂ ਨੌਕਰੀ ਮਿਲਣ ਦੇ ਵਿੱਚ ਵੀ ਕਾਫੀ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ। ਤੇ ਉਦੋਂ ਸ਼ਵੇਤਾ ਨੇ ਇਹ ਸੋਚਿਆ ਵੀ ਜੇ ਮੇਰੇ ਪਤੀ ਜਿਹੜੇ ਨੇ ਉਹ ਉਹਨਾਂ ਦੀ ਨੌਕਰੀ ਛੁੱਟ ਗਈ ਆ, ਉਹ ਵੀ ਕਿਸੇ ਬਿਮਾਰੀ ਦੀ ਹਾਲਤ ਦੇ ਵਿੱਚ ਸੀਗੇ, ਤੇ ਉਹਨੇ ਲੱਗਾ ਵੀ ਹੁਣ ਮੈਨੂੰ ਕੁਛ ਕਰਨਾ ਚਾਹੀਦਾ, ਮੇਰੇ ਦੋ ਬੱਚੇ ਨੇ ਉਹਨਾਂ ਨੂੰ ਪਾਲਣਾ ਹੈ, ਮੈਂ ਆਪਣੇ ਪਤੀ ਨੂੰ ਵੀ ਵੇਖਣਾ, ਸੋ ਜਿਹੜਾ ਹੀ ਮੇਰੀ ਅਪਾਹਜਤਾ ਆ ਇਹਦੇ ਆੜੇ ਨਾ ਆਵੇ। ਇਸ ਲਈ ਉਹਨੇ ਫਿਰ ਇਹ ਕੀਤਾ ਕਿ ਜੋ ਦੀਪਾ ਮਲਿਕ ਨੇ ਉਹ ਵੀ ਪੈਰਾ ਐਥਲੀਟਸ ਨੇ, ਉਹਨਾਂ ਦੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕੀਤੀਆਂ, ਫਿਰ ਉਹਨਾਂ ਨੂੰ ਮਿਲੇ ਵੀ, ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਇਹਨਾਂ ਨੇ ਫਿਰ ਸ਼ੁਰੂਆਤ ਕੀਤੀ। ਔਰ ਫਿਰ ਸਭ ਤੋਂ ਵੱਡਾ ਜਿਹੜਾ ਮੁੱਦਾ ਇਹ ਸੀਗਾ ਵੀ ਮੈਨੂੰ ਗਰਾਊਂਡ ਦੇ ਵਿੱਚ ਲੈ ਕੇ ਕੌਣ ਜਾਏਗਾ, ਪ੍ਰੈਕਟਿਸ ਕਿਵੇਂ ਕਰੂੰਗੀ, ਮੇਰਾ ਸਾਥ ਕੌਣ ਦੇਵੇਗਾ, ਹਨਾ, ਬੱਚੇ ਛੋਟੇ ਨੇ। ਫਿਰ ਇਹਨਾਂ ਨੇ ਉਹਦਾ ਵੀ ਇੱਕ ਹੱਲ ਕੱਢਿਆ ਕਿ ਘਰ ਦੇ ਵਿੱਚ ਹੀ ਜਿਵੇਂ ਕਿਸੇ ਵੈਬਸਾਈਟ ਤੋਂ ਦੇਖ ਲਿਆ, ਵੀਡੀਓਜ਼ ਦੇਖ ਲਈਆਂ, ਦੀਪਾ ਮਲਿਕ ਦੀਆਂ ਖਾਸ ਕਰ ਵੇਖੀਆਂ, ਉੱਥੇ ਹੀ ਟ੍ਰੇਨਿੰਗ ਸ਼ੁਰੂ ਕੀਤੀ ਵੀਡੀਓਜ਼ ਵੇਖ ਵੇਖ ਕੇ। ਫਿਰ ਇੱਕ ਨਾਲ ਦਾ ਜੋ ਪਾਰਕ ਸੀ ਘਰ ਦੇ ਉੱਥੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਜੀ। ਪ੍ਰੈਕਟਿਸ ਕਰਦਿਆਂ ਕਰਦਿਆਂ ਹੋਇਆ ਕਿ ਇੰਨੇ ਜ਼ਿਆਦਾ ਇਹ ਉਹਦੇ ਵਿੱਚ ਕਹਿ ਲਓ ਵੀ ਨਿਪੁੰਨ ਹੋ ਗਏ। ਤੁਸੀਂ ਇਹ ਵੇਖੋ ਵੀ ਬਿਨਾਂ ਕਿਸੇ ਕੋਚ, ਬਿਨਾਂ ਕਿਸੇ ਗਾਈਡੈਂਸ ਤੋਂ, ਬਿਨਾਂ ਆਪਣੇ ਆਪ ਵੀਡੀਓਜ਼ ਦੇਖ ਕੇ ਪ੍ਰੈਕਟਿਸ ਕਰਕੇ ਹੀ ਆਪਣੇ ਆਪ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਨਿਪੁੰਨ ਬਣਾ ਲਿਆ ਕਿ ਹੁਣ ਇਹ ਪੈਰਾ ਐਥਲੀਟਸ ਨੇ ਔਰ ਨੈਸ਼ਨਲ ਇੰਟਰਨੈਸ਼ਨਲ ਪੱਧਰ 'ਤੇ ਇਹਨਾਂ ਨੇ 14 ਮੈਡਲ ਜਿੱਤ ਲਏ ਨੇ। ਵਾਹ! ਅਤੇ ਹੁਣ ਇਹਨਾਂ ਦਾ ਅਗਲਾ ਟੀਚਾ ਇਹ ਹੈ ਵੀ ਜਿਹੜੀਆਂ ਏਸ਼ੀਅਨ ਪੈਰਾ ਗੇਮਸ ਹੋਣੀਆਂ ਨੇ 8 ਅਕਤੂਬਰ ਨੂੰ ਹੋਣੀਆਂ ਨੇ ਇੰਡੋਨੇਸ਼ੀਆ ਦੇ ਵਿੱਚ, ਉੱਥੇ ਮੈਂ ਜਾਵਾਂ ਅਤੇ ਉੱਥੋਂ ਵੀ ਮੈਡਲ ਲੈ ਕੇ ਆਵਾਂ। ਔਰ ਇਹਨਾਂ ਦੀ ਜੇ ਮੈਂ ਖਾਸੀਅਤ ਦੱਸਾਂ ਤਾਂ 2017 ਦੇ ਵਿੱਚ ਇਹਨਾਂ ਨੇ ਸ਼ਾਰਟਪੁੱਟ ਦੇ ਵਿੱਚ ਗੋਲਡ ਮੈਡਲ ਜਿੱਤਿਆ, ਉਸ ਤੋਂ ਇਲਾਵਾ ਇਹਨਾਂ ਨੇ ਨੈਸ਼ਨਲ ਪੈਰਾ ਗੇਮਸ ਦੇ ਵਿੱਚ, ਏਸ਼ੀਅਨ ਟ੍ਰਾਇਲਸ ਦੇ ਵਿੱਚ ਇੱਕ ਇੱਕ ਗੋਲਡ ਜਿੱਤਿਆ, ਇੱਕ ਇੱਕ ਬ੍ਰੋਂਜ਼ ਮੈਡਲ ਜਿੱਤਿਆ। ਔਰ ਇਸ ਕੁੜੀ 'ਤੇ ਮੈਨੂੰ ਉਦੋਂ ਬਹੁਤ ਪਿਆਰ ਆਇਆ ਕਿ ਜਦੋਂ ਇਹਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਕਿ ਮੈਂ ਖੇਡਾਂ ਦੇ ਵਿੱਚ ਤਾਂ ਆਈ ਸੀ ਕਿ ਸਕੋਲਰਸ਼ਿਪ ਮਿਲ ਜਾਂਦੀ ਆ, ਮੇਰੇ ਬੱਚਿਆਂ ਲਈ ਵੀ ਇੱਕ ਚੰਗੀ ਚੀਜ਼ ਹੋ ਜਾਏਗੀ, ਉਹਨਾਂ ਦੀ ਹੈਲਪ ਹੋ ਜਾਏਗੀ, ਔਰ ਇਹ ਓਪਨ ਟੂਰਨਾਮੈਂਟ ਵੀ ਖੇਲਦੀ ਆ, ਉਹ ਵੀ ਇਸ ਕਰਕੇ ਕਿਉਂਕਿ ਉੱਥੇ ਕੈਸ਼ ਪ੍ਰਾਈਜ਼ ਮਿਲਦਾ। ਔਰ ਇਸ ਤੋਂ ਬਾਅਦ ਸੱਚੀ ਮੈਨੂੰ ਇੱਥੇ ਪਿਆਰ ਆ ਗਿਆ, ਔਰ ਮੈਂ ਸੋਚ ਰਹੀ ਸੀਗੀ ਕਿ ਕਿੰਨਾ ਕੁਛ ਕਰਨਾ ਪੈਂਦਾ ਔਰ ਇਹ ਲੋਕ ਕਿੰਨਾ ਕੁਛ ਕਰਦੇ ਨੇ, ਅਸੀਂ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਕਹਿ ਦਿੰਦੇ ਹਾਂ ਵੀ ਸਾਡੀ ਤਨਖਾਹ ਹੋਰ ਵੱਧ ਜਾਵੇ, ਔਰ ਇਹ ਲੋਕ ਹੈਂਡੀਕੈਪਡ ਹੋਣ ਦੇ ਬਾਵਜੂਦ ਔਰ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਤਾਂ ਇਹੋ ਜਿਹੇ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਨੇ ਵੀ ਸਾਨੂੰ ਕੁਛ ਪੈਸੇ ਮਿਲ ਜਾਣਗੇ। ਢਿੱਡ ਦੀ ਅੱਗ ਬਹੁਤ ਕੁਛ ਕਰਾਉਂਦੀ ਹੈ। ਔਰ ਇੱਕ ਚੀਜ਼ ਮੈਂ ਹੋਰ ਦੱਸਣਾ ਭੁੱਲ ਗਈ ਕਿ ਹੁਣੇ ਪਹਿਲਾਂ ਕਿਉਂਕਿ ਆਪਣੇ ਸਰੀਰਕ ਇਹਦੇ ਕਰਕੇ ਉਹ ਪੜ੍ਹ ਨਹੀਂ ਪਾਏ ਤੇ ਹੁਣੇ ਪੜ੍ਹ ਵੀ ਰਹੇ ਨੇ, 12ਵੀਂ ਕਲਾਸ ਦੇ ਇਹ ਪੇਪਰ ਹੁਣ ਉਹਨਾਂ ਨੇ ਦੇਣੇ ਨੇ, ਉਹ ਇਸ ਕਰਕੇ ਤਾਂ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਸੋ ਸ਼ਵੇਤਾ ਜੀ ਨੂੰ ਮੇਰੇ ਵੱਲੋਂ ਤਾਂ ਸਾਡੇ ਦੋਵਾਂ ਵੱਲੋਂ ਖੈਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ, ਤੁਸੀਂ ਜੋ ਚਾਹੁੰਦੇ ਹੋ ਉਹੀ ਹਾਸਲ ਕਰੋ, ਅਤੇ ਪਲੱਸ ਹਿੰਮਤ ਕਦੇ ਨਾ ਛੱਡਿਓ ਕਿਉਂਕਿ ਜੇ ਆਪਣੀ ਹਿੰਮਤ ਦਾ ਸਦਕਾ ਇੱਥੋਂ ਤੱਕ ਪਹੁੰਚ ਗਏ ਹੋ ਤੇ ਅੱਗੇ ਤਾਂ ਹਲੇ ਬਹੁਤ ਕੁਛ ਹਾਸਲ ਕਰ। ਜੀ ਬਿਲਕੁਲ, ਸਾਡੀਆਂ ਸ਼ੁਭਕਾਮਨਾਵਾਂ ਸ਼ਵੇਤਾ ਸ਼ਰਮਾ ਦੇ ਨਾਲ ਨੇ ਤੇ ਤੁਹਾਡੀਆਂ ਵੀ ਸ਼ੁਭਕਾਮਨਾਵਾਂ ਉਹਨਾਂ ਤੱਕ ਪਹੁੰਚ ਗਈਆਂ ਹੋਣਗੀਆਂ। ਫਿਲਹਾਲ ਇੱਥੇ ਵੇਲਾ ਇੱਕ ਵਕਫੇ ਦਾ, ਵਕਫੇ ਤੋਂ ਬਾਅਦ ਮਿਲਦੇ ਹਾਂ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਵੂਮੈਨ ਦੇ ਵਿੱਚ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਕੁਸਮ ਸੋਨੀਆ ਜੀ, ਤੇ ਕੁਸਮ ਜੀ ਨੇ ਆਪਣੀ ਕਹਾਣੀ ਸੁਣਾਤੀ, ਹੁਣ ਮੈਂ ਇੱਕ ਹੋਰ ਕਹਾਣੀ ਸੁਣਾਉਂ। ਠੀਕ ਹੈ ਜੀ, ਅਸੀਂ ਸੁਣਨ ਲਈ ਬਿਲਕੁਲ ਤਿਆਰ ਹਾਂ। ਕੁਸਮ ਜੀ, ਉਸ ਤੋਂ ਪਹਿਲਾਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਸੌਖਾ ਜੀ ਪੁੱਛਿਓ। ਜੇਕਰ ਮੈਂ ਇਹ ਕਹਾਂ ਕਿ ਤੁਹਾਡੇ ਨਾਨੀ ਜਿਮ ਜਾਣਾ ਸ਼ੁਰੂ ਕਰ ਦੇ। ਨਾਨੀ ਨੂੰ ਜਿਮ ਜਾਣ ਦੀ ਲੋੜ ਹੀ ਨਹੀਂ, ਉਹ ਪਹਿਲੇ ਸਲਿਮ ਡ੍ਰਿਮ ਆ। ਉਹ ਯਾਰ, ਜਿਮ ਜਾਣ ਦਾ ਮਤਲਬ ਸਿਰਫ ਇਹੀ ਥੋੜੀ ਹੁੰਦਾ ਵੀ ਸਲਿਮ ਫਿਟਨੈਸ ਨੂੰ ਬਣਾਏ ਰੱਖਣਾ, ਜਾਂ ਮੈਂ ਕਹਾਂ ਪਾਵਰ ਲਿਫਟਿੰਗ ਦੇ ਲਈ, ਵੇਟ ਲਿਫਟਿੰਗ ਦੇ ਲਈ ਕਿਤੇ ਨਾਨੀ ਜਿਮ ਜਾਣਾ ਸ਼ੁਰੂ ਕਰੋ। ਕਿਉਂ, ਨੜ ਨੂੜ ਚੜ ਜੂ ਕੋਈ? ਕਿੰਨੀ ਕੁ ਉਮਰ ਆ ਵੈਸੇ ਨਾਨੀ ਦੀ? ਹੋਊਗੀ ਕੋਈ 60-65 ਦੇ। ਲੈ, 60-65 ਚ ਨਾਨੀ ਨੇ ਹੱਥ ਖੜੇ ਕੀਤੇ ਪਏ ਨੇ, ਇੱਧਰ 80 ਵਾਲੇ ਨੀ ਮੰਨਦੇ। ਮਤਲਬ ਹਾਂ, ਤੁਹਾਡੇ ਨਾਨੀ ਨਹੀਂ
ਕੁਸਮ ਜੀ ਕੀ ਕਰਦੇ ਹੋ ਤੁਸੀਂ? ਜਿਹੜੀ ਨਾਨੀ ਦੀ ਮੈਂ ਗੱਲ ਸੁਣਾਉਣੀ ਹੈ ਉਹ ਮੇਰੀ ਕੀ ਤੁਹਾਡੀ ਕੀ ਸਾਰਿਆਂ ਦੀ ਨਾਨੀ ਹੈ? ਅੱਛਾ, ਹਾਂ ਕੀ ਮਾਰਕਾ ਮਾਰਿਆ? ਕਿਉਂਕਿ ਉਹਨਾਂ ਨੂੰ ਤਾਂ ਕਹਿੰਦੇ ਜਿਮ ਜਾਂਦੇ ਨੇ, ਵੇਟ ਲਿਫਟਿੰਗ ਗ੍ਰੈਂਡਮਾ। ਓ ਮਾਈ ਗੋਡ, ਉਹਨਾਂ ਨੂੰ ਸਾਰੇ ਕਹਿੰਦੇ ਵੀ ਇਹੀ ਨੇ। ਨਹੀਂ, ਉਹ ਭਾਰ ਚੱਕ ਲੈਂਦੇ ਨੇ। ਹਾਂ, ਮੈਂ ਜਦੋਂ ਉਹਨਾਂ ਦੀ ਕਹਾਣੀ ਪੜ੍ਹੀ ਤੇ ਮੈਂ ਇੰਨੀ ਕੁ ਜ਼ਿਆਦਾ ਉਤਸੁਕ ਹੋ ਗਈ ਨਾ। ਰਾਏ ਕਿਵੇਂ ਹੋ ਸਕਦਾ? ਦੇਖੋ ਹੋ ਗਿਆ। ਤੁਸੀਂ ਤਾਂ ਕਹਿੰਦੇ ਹੋ ਕਿ ਸ਼ਵੇਤਾ ਸ਼ਰਮਾ ਹੋਰਾਂ ਨੇ ਸੋਚਿਆ ਨਹੀਂ ਸੀ ਕਿ ਉਹ ਐਥਲੀਟ ਬਣਨਗੇ, ਰਾਈਟ? ਤੇ ਨਾਨੀ ਨੇ ਵੀ ਨਹੀਂ ਕਦੀ ਸੋਚਿਆ ਸੀ ਵੀ ਮੈਂ ਆਹ ਕੁਛ ਕਰੂੰਗੀ। ਫਿਰ ਕਿਵੇਂ, ਜਿਹਨੇ ਜਿਮ ਜਾਣਾ ਸ਼ੁਰੂ ਹੀ 76 ਦੀ ਉਮਰ ਚ ਕੀਤਾ ਹੋਵੇ, ਹਮੇ ਨਹੀਂ ਕਿਉਂ ਚੜ ਕੇ ਦੇ ਜਾਣੇ ਹੈ? ਸੱਚੀ ਹਾਲੇ ਤਾਂ ਸ਼ੁਰੂਆਤ ਹੈ, ਕਸਮ ਜੀ ਅੱਗੇ ਅੱਗੇ ਵੇਖਿਓ ਹੁੰਦਾ ਹੈ ਕੀ। ਅੱਛਾ, ਮੈਂ ਗੱਲ ਕਰ ਲਈ ਆ ਸ਼ਰਲੀ ਵੈਬ ਦੀ। ਓਕੇ, ਸ਼ਰਲੀ ਵੈਬ ਇੱਕ ਪਾਵਰ ਲਿਫਟਰ ਨੇ। ਅੱਛਾ, ਤੇ ਉਹਨਾਂ ਨੂੰ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਵੇਟ ਲਿਫਟਿੰਗ ਗ੍ਰੈਂਡਮਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਅੱਛਾ ਜੀ, ਇਹਨਾਂ ਦੀ ਉਮਰ 80 ਸਾਲ ਹੈ ਤੇ ਅਗਲੇ ਮਹੀਨੇ ਨੂੰ ਇਹਨਾਂ ਨੇ ਹੋ ਜਾਣਾ 81 ਸਾਲਾਂ ਦੇ। ਬਾਬਾ ਜੀ, 76 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਵੇਟ ਲਿਫਟਿੰਗ ਸ਼ੁਰੂ ਕੀਤੀ। ਨਹੀਂ, ਉਹ ਮਤਲਬ ਕਿਵੇਂ ਜਿਮ ਕਿਵੇਂ ਚਲੇ ਗਏ? ਹੋਇਆ ਇਦਾਂ ਕਿ ਇਹਨਾਂ ਦੀ ਪੋਤੀ, ਅੱਛਾ, ਡੋਰੀਅਨ, ਓਕੇ, ਡੋਰੀਅਨ ਜਿਮ ਜਾਂਦੀ ਹੁੰਦੀ ਸੀ ਤੇ ਉਹਦੇ ਕੋਲ ਕੋਈ ਕੰਪਨੀ ਨਹੀਂ ਸੀ ਨਾਲ ਜਾਣ ਨੂੰ। ਅੱਛਾ, ਉਹਨੇ ਦਾਦੀ ਨੂੰ ਕਿਹਾ ਵੀ ਹਨਾ, ਪਤਾ ਨਹੀਂ ਗ੍ਰੈਂਡਮਾ ਨੇ, ਹੁਣ ਅੰਗਰੇਜ਼ੀ ਚ ਨਾਨੀ ਵੀ ਗ੍ਰੈਂਡਮਾ ਤੇ ਦਾਦੀ ਵੀ ਗ੍ਰੈਂਡਮਾ, ਹਨਾ, ਸੋ ਜੇ ਪੋਤੀ ਆ ਉਹਨਾਂ ਦੀ ਤਾਂ ਮਤਲਬ ਉਹਨਾਂ ਦਾਦੀ ਹੋਏਗੀ। ਸੋ ਇਹ ਜਿਹੜੀ ਦਾਦੀ, ਉਹਨੇ ਆਪਣੀ ਦਾਦੀ ਨੂੰ ਕਿਹਾ ਵੀ ਮੇਰੀ ਕੋਈ ਕੰਪਨੀ ਨਹੀਂ, ਕੋਈ ਸਾਥ ਨਹੀਂ ਹੈਗਾ, ਮੈਂ ਕਿਵੇਂ ਜਿਮ ਜਾਵਾਂ? ਮੇਰੇ ਨਾਲ ਚੱਲੋ ਵੀ, ਮੇਰੇ ਨਾਲ ਚੱਲੋ। ਹੁਣ ਜਦੋਂ 76 ਸਾਲਾਂ ਦੀ ਉਮਰ ਚ ਦਾਦੀ ਨੇ ਜਿਮ ਜਾਣਾ ਸ਼ੁਰੂ ਕੀਤਾ, ਨਾ ਵਿਚਾਰੀ ਤੋਂ ਪੌੜੀਆਂ ਚੜੀਆਂ ਜਾਣ, ਨਾ ਕੁਰਸੀ ਤੇ ਬੈਠਿਆ ਜਾਵੇ ਨਾ ਵਾਸਤਾ, ਪਰ ਹੁਣ ਪੋਤੀ ਦਾ ਸਾਥ ਤਾਂ ਦੇਣਾ ਸੀ ਨਾ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਹੁਣ ਪੋਤੀ ਦੇ ਕਹੇ ਤੇ ਤੁਰ ਪਈ ਦਾਦੀ ਨਾਲ। ਉੱਥੇ ਗਈ, ਵੇਖਿਆ ਕਿ ਲੈ ਬਈ, ਇਹ ਤਾਂ ਕੁਛ ਚੱਲ ਰਿਹਾ ਜਿਮ ਦੇ ਵਿੱਚ, ਹਨਾ। ਉਹ ਵੀ ਪਾਵਰ ਲਿਫਟਿੰਗ ਕਰਦੀ ਸੀ ਨਾ ਪੋਤੀ ਵੀ, ਤੇ ਇਹਨਾਂ ਨੂੰ ਲੱਗਦਾ ਸੀ ਵੀ ਮੈਂ ਨਾ 200 ਪਾਊਂਡ ਤੱਕ ਭਾਰ ਚੁੱਕ ਸਕਦੀ ਹਾਂ, ਮੈਂ ਸਟਰੋਂਗ ਹਾਂ, ਹਨਾ। ਤੇ ਇਹ ਕਹਿੰਦੇ, ਜਿਹੜਾ ਟ੍ਰੇਨਰ ਸੀ ਉਹਨੂੰ ਕਹਿੰਦੇ ਵੀ ਮੈਂ 200 ਪਾਊਂਡ ਤੱਕ ਭਾਰ ਚੁੱਕ ਸਕਦੀ ਹਾਂ। ਜਦੋਂ ਇਹਨਾਂ ਨੇ ਵੇਖਿਆ ਵੀ ਮੇਰੀ ਪੋਤੀ ਤਾਂ 185 ਪਾਊਂਡ ਭਾਰ ਚੁੱਕ ਲੈਂਦੀ ਹੈ, ਤੇ ਮੈਂ ਥੋੜਾ ਵਧਾਵਾਂ, ਹਨਾ, ਥੋੜਾ ਹੋਰ ਭਾਰ ਚੁੱਕਾਂ। ਸੋ ਇਹਨਾਂ ਨੇ ਜਿਹੜਾ ਟ੍ਰੇਨਰ ਸੀ ਉੱਥੇ ਜਿਮ ਦੇ ਵਿੱਚ, ਉਹਦੇ ਨਾਲ ਗੱਲਬਾਤ ਕੀਤੀ। ਜਿਮ ਟ੍ਰੇਨਰ ਨੇ ਵੀ ਹੌਸਲਾ ਦਿੱਤਾ, ਇਹ ਕਹਿੰਦੇ ਵੀ ਅੱਜ ਮੈਂ ਜੋ ਵੀ ਹਾਂ ਉਹ ਸਿਰਫ ਜਿਮ ਟ੍ਰੇਨਰ ਦਾ ਕਰਕੇ, ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਵੀ ਧਾਰ ਲਿਆ ਵੀ ਮੈਂ ਵੀ ਹੁਣ ਜਿਮ ਜਾਇਆ ਕਰੂੰਗੀ, ਫਿੱਟ ਰਿਹਾ ਕਰਨਾ, ਮੈਂ ਅੰਦਰੋਂ ਬਹੁਤ ਸਟਰੋਂਗ ਆ, ਬਾਹਰੋਂ ਵੀ ਸਟਰੋਂਗ ਹੋਣਾ, ਹਨਾ। ਇਹਨਾਂ ਨੇ ਜਿਮ ਟ੍ਰੇਨਰ ਨਾਲ ਗੱਲਬਾਤ ਕੀਤੀ ਤੇ ਉਹਨੂੰ ਕਹਿੰਦੇ ਕਿ, ਜਿਮ ਟ੍ਰੇਨਰ ਨੇ ਪਹਿਲੇ ਦਿਨਾਂ ਨੂੰ ਕਿਹਾ ਵੀ ਚਲੋ ਠੀਕ ਹੈ ਫਿਰ ਐਕਸਰਸਾਈਜ਼ ਕਰੋ, ਹਨਾ। ਹੁਣ ਜਦੋਂ ਉਹਨੇ ਕਿਹਾ ਵੀ ਐਕਸਰਸਾਈਜ਼ ਥੱਲੇ ਬੈਠੋ ਤੇ ਮੈਂ ਤੁਹਾਨੂੰ ਐਕਸਰਸਾਈਜ਼ ਕਰਾਉਣਾ, ਤੇ ਇਹ ਕਹਿੰਦੇ ਵੀ ਮੈਂ ਤਾਂ ਥੱਲੇ ਬੈਠ ਨਹੀਂ ਸਕਦੀ, ਜੇ ਮੈਂ ਬਹਿ ਗਈ ਮੇਰੇ ਤੋਂ ਉੱਠਿਆ ਨਹੀਂ ਜਾਣਾ, ਤੇ ਫਿਰ ਕੀ ਕਰਾਂਗੇ? ਉਹ ਕਹਿੰਦਾ ਵੀ ਤੁਸੀਂ ਘਬਰਾਓ ਨਾ, ਤੁਸੀਂ ਇਹ ਸੋਚੋ ਵੀ ਤੁਸੀਂ ਸਭ ਕੁਛ ਕਰ ਸਕਦੇ ਹੋ, ਮੈਂ ਤੁਹਾਡਾ ਸਾਥ ਦਊਂਗਾ, ਬਸ ਤੁਸੀਂ ਸ਼ੁਰੂ ਹੋ ਜਾਓ। ਲੈ ਵੀ ਉਹ ਦਿਨ ਜਾਂਦਾ, ਅੱਜ ਦਾ ਆਉਂਦਾ, ਨਾਨੀ ਤਾਂ ਇਹ, ਦਾਦੀ ਵੀ ਤੇ ਨਾਨੀ ਵੀ, ਇਹ ਤਾਂ ਰਿਕਾਰਡ ਤੇ ਰਿਕਾਰਡ, ਰਿਕਾਰਡ ਤੇ ਰਿਕਾਰਡ। ਸੱਚੀ, ਮਤਲਬ ਜਿਹੜਾ ਬੰਦਾ ਬਹਿ ਉੱਠ ਨਹੀਂ ਸਕਦਾ, ਪੌੜੀਆਂ ਨਹੀਂ ਚੜ ਸਕਦਾ, ਉਹ ਵੇਟ ਲਿਫਟਰ ਬਣ ਗਿਆ, ਵੇਟ ਲਿਫਟਰ ਬਣ ਗਿਆ। ਦਰਅਸਲ ਇਮੇਜਿਨ ਕਰਕੇ ਹਾਸਾ ਰਿਹਾ ਵੀ ਜੇ ਮੇਰੀ ਨਾਨੀ ਜਿਮ ਚ ਜਾਊਗੀ, ਇੱਕ ਹੱਥ ਨਾਲ ਦੁਪੱਟਾ ਸਵਾਰੀ ਜਾਊ, ਇੱਕ ਹੱਥ ਨਾਲ ਸਹੀ ਕਰ। ਤੁਸੀਂ ਵੇਖੋ ਕਿ ਇਹ ਜਿਹੜੀ ਦਾਦੀ ਮਾਂ ਹੈ, ਇਹ ਕਹਿੰਦੇ ਕਿ ਮੈਂ ਨਾ ਸ਼ੁਰੂ ਦੇ ਵਿੱਚ ਮੈਂ ਕੋਈ ਐਕਸਰਸਾਈਜ਼ ਨਹੀਂ ਸੀ ਕਰਦੀ ਹੁੰਦੀ, ਹਨਾ, ਜਦੋਂ ਮੇਰੀ 70-76 ਸਾਲ ਉਮਰ, ਮੈਂ ਕੋਈ ਐਕਸਰਸਾਈਜ਼ ਨਾ ਕਰਨੀ, ਪਰ ਹਾਂ ਰੋਜ਼ਮਰਾ ਦੇ ਕੰਮ ਜ਼ਰੂਰ ਕਰਦੀ ਸੀ ਵੀ ਮੈਂ ਆਪਣੇ ਖੇਤਾਂ 'ਚ ਜਾਣਾ, ਹੱਥੀਂ ਕੰਮ ਕਰਨਾ, ਹਨਾ, ਸਾਰਾ ਕੁਛ ਦੇਖਦੀ ਸੀ। ਪਰ ਕਹਿੰਦੇ ਇਸੇ ਕਰਕੇ ਸ਼ਾਇਦ ਮੈਂ ਅੰਦਰੋਂ ਸਟਰੋਂਗ ਸੀ ਕਿਉਂਕਿ ਹੱਥੇ ਕੰਮ ਕਰਦੀ ਸੀ, ਹਨਾ, ਤੇ ਇਸ ਲਈ ਮੈਨੂੰ ਜਿਮ ਦੇ ਵਿੱਚ ਜ਼ਿਆਦਾ ਸਮੱਸਿਆਵਾਂ ਨਹੀਂ ਆਈਆਂ, ਮੁਸ਼ਕਲ ਨਹੀਂ। ਉਸ ਵਾਰ ਟ੍ਰੇਨਰ ਵਧੀਆ ਮਿਲ ਗਿਆ ਜਿਹਨੇ ਪੂਰਾ ਗਾਈਡ ਕੀਤਾ। ਕਹਿੰਦੇ ਮੈਂ ਤਾਂ ਸਾਰਿਆਂ ਨੂੰ ਇਹ ਕਹਿੰਦੀ ਹਾਂ ਕਿ ਤੁਸੀਂ ਇੱਕ ਟ੍ਰੇਨਰ ਜ਼ਰੂਰ ਲੱਭੋ, ਚਾਹੇ ਕੋਈ ਵੀ ਹੈ, ਤੇ ਪੂਰੀ ਸ਼ਿੱਦਤ ਦੇ ਨਾਲ ਮਿਹਨਤ ਕਰੋ, ਡਟ ਕੇ ਮਿਹਨਤ ਕਰੋ, ਇਸ ਸਲਾਹ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਨਹੀਂ ਬਿਲਕੁਲ, ਵੈਸੇ ਇਹ ਦਾਦੀ ਬਾਰੇ ਜਾਣ ਕੇ ਮੈਨੂੰ ਵੀ ਲੱਗਦਾ ਵੀ ਮੇਰੇ ਅੰਦਰ ਵੀ ਇਹ ਬਹੁਤ ਉਹ ਆ ਵੀ ਪਤਾ ਨਹੀਂ ਮੈਂ ਜਿਮ ਜਾ ਕੇ ਮੇਰੀ ਨੜ ਨੂੜ ਨਾਲ ਚੜ ਜਾਵੇ, ਲੋਕੀ ਕਹਿੰਦੇ ਪਹਿਲੇ ਦਿਨ ਲੱਤਾਂ ਬਾਹਾਂ ਬਹੁਤ ਦੁਖਦੀਆਂ ਤੇ ਮੈਂ ਨਹੀਂ ਜਾਣਾ, ਇਸੇ ਗੱਲੋਂ ਨਹੀਂ ਮੈਂ ਜਾਂਦੀ, ਪਰ ਸੱਚੀ ਬਹੁਤ ਮੋਟੀਵੇਸ਼ਨ ਆ ਸਾਡੇ ਲਈ। ਦੇਖੋ ਕਿ 76 ਸਾਲ ਦੀ ਉਮਰ 'ਚ ਜਾਣਾ ਸ਼ੁਰੂ ਕੀਤਾ ਸੀ, ਹੁਣ 80 ਦੇ ਨੇ, ਅਗਲੇ ਮਹੀਨੇ 81 ਦੇ ਹੋਣੇ, ਸੋ 4-5 ਸਾਲ ਦਾ ਸਮਾਂ ਹੀ ਹੋਇਆ ਹਲੇ ਜਾਂਦਿਆਂ ਨੂੰ। ਪਰ ਇਸ 4-5 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਵੇਖੋ ਕਿ ਇਹਨਾਂ ਨੇ ਪਿਛਲੇ ਦਿਨ ਹਲੇ ਕੈਲਗਰੀ ਦੇ ਵਿੱਚ ਇੰਟਰਨੈਸ਼ਨਲ ਪਾਵਰ ਲਿਫਟਿੰਗ ਫੈਡਰੇਸ਼ਨ ਦੀ ਰੋ ਵਰਲਡ ਚੈਂਪੀਅਨਸ਼ਿਪ ਉਹ ਹੋਈ, ਜਿਹਦੇ ਵਿੱਚ ਕਿ ਇਹਨਾਂ ਨੇ 4 ਸਿਲਵਰ ਮੈਡਲ ਜਿੱਤੇ ਨੇ। ਵਾਹ, ਤੇ ਹਾਲੇ ਮਿਹਨਤ ਕਰ ਰਹੇ ਨੇ। ਕਹਿੰਦੇ ਕਿ ਅਕਤੂਬਰ ਦੇ ਵਿੱਚ ਸ਼ਾਇਦ USA ਦੇ ਵਿੱਚ ਵੀ ਇੱਦਾਂ ਇੱਕ ਚੈਂਪੀਅਨਸ਼ਿਪ ਹੋਣੀ ਆ, ਉੱਥੇ ਵੀ ਮੈਂ ਹਿੱਸਾ ਲੈਣਾ, ਤੇ ਉੱਥੇ ਮੈਂ ਜਿੱਤ ਕੇ ਆਉਣਾ ਚਾਹੇ ਜੋ ਮਰਜ਼ੀ ਹੋ ਜਾਏ। ਕਿਆ ਬਾਤ ਹੈ, ਤੁਸੀਂ ਵੇਖੋ। ਇਸ ਤੋਂ ਇਲਾਵਾ ਇਹ ਹੁਣ ਤੱਕ 253 ਪਾਊਂਡ ਯਾਨੀ 114 ਕਿਲੋ ਭਾਰ ਜਿਹੜਾ ਨੇ ਉਹ ਚੁੱਕ ਚੁੱਕੇ ਨੇ। ਅੱਛਾ, ਤੇ ਇਹਨਾਂ ਦਾ ਜਿਹੜਾ ਟੀਚਾ ਹੈ ਉਹ ਹੈਗਾ ਕਿ ਮੈਂ 300 ਪਾਊਂਡ ਯਾਨੀ ਕੋਈ 136 ਕਿਲੋ ਜਿਹੜਾ ਹੈ ਉਹ ਭਾਰ ਚੁੱਕਣਾ,
ਚਾਹੇ ਜੋ ਮਰਜ਼ੀ ਹੋ ਜਾਵੇ। ਵੱਲਾ ਵੱਲਾ, ਇੱਥੇ 30 ਕਿਲੋ ਦਾ ਕਣਕ ਵਾਲਾ ਉਹ ਦਾਣੇ ਵਾਲਾ ਬੋਰਾ ਨਹੀਂ ਚੱਕ ਹੁੰਦਾ। ਬਿਲਕੁਲ, ਤੇ ਉਮਰ ਦੇਖੋ ਤੇ ਭਾਰ ਚੁੱਕਣ ਦੀ ਸਮਰੱਥਾ ਵੇਖੋ ਉਹਨਾਂ ਦੀ। ਉਸ ਬਾਅਦ ਪਿਛਲੇ ਦਿਨ 225 ਪਾਊਂਡ ਭਾਰ ਚੁੱਕਣ ਦੀ ਨਾ ਜਿਹੜੀ ਡੈਡ ਲਿਫਟਿੰਗ ਵੀਡੀਓ ਆ ਉਹ ਬਹੁਤ ਜ਼ਿਆਦਾ ਵਾਇਰਲ ਹੋਈ, ਤੇ ਉਹ ਵੀਡੀਓ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਵਿਖਾਈਏ। ਬਿਲਕੁਲ, ਮੈਂ ਤਾਂ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਵੀ ਦਾਦੀ ਕਰੀ ਕੀ ਜਾਂਦੀ ਹੈ। ਸੋ ਆਪਾਂ ਪਹਿਲਾਂ ਵੀਡੀਓ ਵੇਖ ਲਈਏ, ਬਾਕੀ ਦੀ ਗੱਲ ਵੀਡੀਓ ਤੋਂ ਬਾਅਦ ਚ ਕਰਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰਾਈਮ ਵੁਮਨ ਵੇਖ ਰਹੇ ਹੋ ਤੁਸੀਂ ਹਰਮਨ ਥਿੰਨ ਤੇ ਕੁਸਮ ਸੋਨੀਆ ਜੀ ਦੇ ਨਾਲ, ਤੇ ਆਪਾਂ ਗੱਲ ਕਰ ਰਹੇ ਸੀ ਸ਼ਰਲੀ ਵੈਬ ਦੀ। ਕੁਸਮ ਨਹੀਂ, ਕੁਸਮ, ਮੈਂ ਸ਼ਰਲੀ ਵੈਬ ਚ ਗਵਾਚੀ ਪਈ ਆ। ਮੈਂ ਜਦੋਂ ਦਾ ਪੜਿਆ ਹੈ, ਜਦੋਂ ਦੀ ਉਹਨਾਂ ਦੀ ਵੀਡੀਓ ਵੇਖੀ ਆ ਨਾ, ਬਸ ਮੈਨੂੰ ਇਹ ਹਿੰਮਤ ਜ਼ਰੂਰ ਮਿਲ ਗਈ ਕਿ ਉਮਰ ਵਾਕਈ ਕੋਈ ਮਾਇਨੇ ਨਹੀਂ ਰੱਖਦੀ। ਦਿਲ ਹੋਣਾ ਚਾਹੀਦਾ ਜਵਾਨ ਕਿ ਉਮਰ ਅੱਜ ਕੀ ਰੱਖਿਆ, ਹੈ ਨਾ। ਉਮਰ ਕੋਈ ਮਾਇਨੇ ਨਹੀਂ ਰੱਖਦੀ, ਤੁਸੀਂ ਜਦੋਂ ਧਾਰ ਲੈਂਦੇ ਹੋ ਤੇ ਕਿਸੇ ਵੀ ਉਮਰ ਚ ਕੁਛ ਵੀ ਕਰ ਸਕਦੇ ਹੋ। ਔਰ ਇਹ ਤਾਂ ਮੈਂ ਕਹਿੰਦੀ ਸਾਰਾ ਸਿਹਰਾ ਜਿਹੜਾ ਡੋਰੀਅਨ ਨੂੰ ਜਾਂਦਾ, ਜਿਹੜੀ ਉਹਨਾਂ ਦੀ ਪੋਤੀ ਹੈ, ਜਿਹਨੇ ਸ਼ੁਰੂਆਤ ਸਿਰਫ ਇੱਥੋਂ ਕੀਤੀ ਵੀ ਮੇਰੇ ਕੋਲ ਕੰਪਨੀ ਨਹੀਂ ਹੈ ਤੇ ਤੁਸੀਂ ਮੇਰੇ ਨਾਲ ਚੱਲੋ, ਹੈ ਨਾ। ਬਿਲਕੁਲ, ਪਰ ਦਾਦੀ ਬਾਰੇ ਨਾ ਜਾਣ ਕੇ ਮੈਨੂੰ ਉਹ ਲਾਈਨਾਂ ਯਾਦ ਆ ਰਹੀਆਂ ਨੇ ਜੀ ਕਿ ਉਮਰ ਕਾ ਬੜਨਾ ਤੋ ਦਸਤੂਰੇ ਜਹਾਂ ਹੈ, ਮਹਿਸੂਸ ਨਾ ਕਰੋ ਤੋ ਬੜਤੀ ਕਹਾਂ ਹੈ। ਬਿਲਕੁਲ, ਮਹਿਸੂਸ ਕਰਨ ਤੇ ਇਹ ਤਾਂ ਡਿਪੈਂਡ ਕਰਦਾ ਨਾ ਸਾਡਾ। ਬੀਬੀਆਂ ਤਾਂ ਵੈਸੇ ਵੀ ਘੱਟ ਹੀ ਮਹਿਸੂਸ ਕਰਦੀਆਂ ਨੇ। ਸੋ ਚਲੋ ਆਪਾਂ ਸ਼ਰਲੇ ਵੈਬ ਹੋਰਾਂ ਦੀ ਗੱਲ ਕਰ ਰਹੇ ਸੀ। ਉਹਨਾਂ ਨੇ ਜਿਵੇਂ ਮੈਂ ਦੱਸਿਆ ਕਿ ਬਹੁਤ ਸਾਰੇ ਰਿਕਾਰਡਸ ਆਪਣੇ ਨਾਂ 'ਤੇ ਕੀਤੇ, ਜਿਹਦੇ ਵਿੱਚ ਕਿ USA ਪਾਵਰ ਲਿਫਟਿੰਗ ਦੀ ਜੇ ਮੈਂ ਗੱਲ ਕਰਾਂ, ਉਹਦੇ ਵਿੱਚ 6 ਨੈਸ਼ਨਲ ਅਤੇ 26 ਸਟੇਟ ਅਵਾਰਡਸ। ਓ ਮਾਈ ਗੋਡ, ਰਿਕਾਰਡ ਕਾਇਮ ਕੀਤਾ ਇਹ। ਵੱਲਾ ਵੱਲਾ ਵੱਲਾ, ਤੇ ਹਲੇ ਇਹ ਜਰਨੀ ਚੱਲ ਰਹੀ ਆ, ਬਾਕੀ ਆ, ਹੋਰ ਵੀ ਬਹੁਤ ਸਾਰੇ ਮੈਡਲ ਆਉਣੇ ਬਾਕੀ ਆ ਹਲੇ। ਬਿਲਕੁਲ, ਹਲੇ ਬਹੁਤ ਸਾਰੇ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਚੈਂਪੀਅਨਸ਼ਿਪਸ ਹੁੰਦੀਆਂ ਨੇ ਇਹਦੇ ਵਿੱਚ ਉਹ ਹਿੱਸਾ ਲੈ ਚੁੱਕੇ ਨੇ, ਜਿਹਦੇ ਵਿੱਚ ਬਹੁਤ ਸਾਰੇ ਖਿਤਾਬ ਜਿੱਤ ਚੁੱਕੇ ਨੇ, ਤੇ ਜਿਹਦੇ 'ਚੋਂ ਆਹ ਤਾਂ ਮੈਂ ਕੁਛ ਕੀ ਆ ਜਿਹੜੇ ਦੱਸ ਰਹੀ ਹਾਂ ਵੀ ਤੁਸੀਂ ਵੇਖੋ ਵੀ 6 ਨੈਸ਼ਨਲ ਹੋ ਗਏ ਅਤੇ 26 ਸਟੇਟ ਲੈਵਲ ਦੇ ਅਵਾਰਡਸ ਜਿਹੜੇ ਨੇ ਉਹਨਾਂ ਨੇ ਹਾਸਲ ਕੀਤੇ ਨੇ। ਅਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਕਿ ਇਹਨਾਂ ਨੇ ਜਿਹੜੇ ਇਹ ਮਾਤਾ ਜੀ ਨੇ, ਮਾਤਾ ਜੀ ਵੀ ਕਹਿਣ ਨੂੰ ਜੀ ਨਹੀਂ ਕਰਦਾ, ਮੈਨੂੰ ਤਾਂ ਬੜੇ ਜਵਾਨ ਜੇ ਲੱਗੀ ਜਾਂਦੇ ਨੇ ਉਹ, ਇਹ ਸ਼ਰਲੇ ਹੋਰਾਂ ਦੇ ਉੱਪਰ ਇੱਕ ਜਿਹੜੀ ਕਿਤਾਬ ਹੈ, ਅੱਛਾ, ਰੀਪਲੇਸ ਬਲੀਵ ਇਟ ਔਰ ਨਾਟ ਸ਼ਟਰ ਯੋਰ ਸੈਂਸਸ। ਇਹ ਪੰਜਾਬੀ 'ਚ ਮਤਲਬ? ਮਤਲਬ ਕਿ ਮੰਨੋ ਜਾਂ ਨਾ ਮੰਨੋ, ਹੈ ਨਾ, ਇਹ ਇੱਦਾਂ ਦੀ ਕਿਤਾਬ ਜਿਹੜੀ ਹੈ ਉਹ ਵੀ ਇਹਨਾਂ ਦੇ ਉੱਪਰ ਲਿਖੀ ਜਾ ਚੁੱਕੀ ਹੈ, ਜੋ ਇਹਨਾਂ ਦੀ ਜਰਨੀ ਆ ਉਹਦੇ ਉੱਪਰ, ਅਤੇ ਜਿਹੜੇ ਜਿਹੜੇ ਇਹਨਾਂ ਨੇ ਅਵਾਰਡਸ ਜਿੱਤੇ ਨੇ ਉਹਦੇ ਉੱਪਰ। ਸੋ ਇਹ ਕਹਿੰਦੇ ਕਿ ਮੈਂ ਹਮੇਸ਼ਾ ਸਾਰਿਆਂ ਨੂੰ ਇਹੀ ਸਲਾਹ ਦਿੰਦੀ ਹਾਂ ਕਿ ਤੁਸੀਂ ਫਿੱਟ ਰਹੋ, ਤੁਸੀਂ ਚੰਗਾ ਖਾਓ, ਅਤੇ ਜਿਹੜੀ ਸਲਾਹ ਦੀ ਮੈਂ ਪਹਿਲਾਂ ਗੱਲ ਕੀਤੀ ਵੀ ਇੱਕ ਜਿਹੜਾ ਆਪਣਾ ਟ੍ਰੇਨਰ ਹੈ ਉਹ ਜ਼ਰੂਰ ਲੱਭੋ ਜ਼ਿੰਦਗੀ ਦੇ ਵਿੱਚ, ਅਤੇ ਉਹਦੀ ਦੇਖ ਰੇਖ ਦੇ ਵਿੱਚ ਇੱਕ ਸਖ਼ਤ ਮਿਹਨਤ ਕਰੋ, ਤੁਸੀਂ ਹਮੇਸ਼ਾ ਫਿੱਟ ਰਹੋ ਅਤੇ ਤੁਸੀਂ ਪੱਕੇ ਤੌਰ ਦੇ ਉੱਪਰ ਅੱਗੇ ਵਧੋ। ਤੁਸੀਂ ਦੇਖੋ ਜਵਾਨੀ ਤਾਂ ਹਰ ਕੋਈ ਮਾਣ ਲੈਂਦਾ ਜੀ, ਪਰ ਬੁਢਾਪਾ ਮੰਨਣਾ ਕਿਸੇ ਕਿਸੇ ਨੂੰ ਆਉਂਦਾ। ਬਿਲਕੁਲ, ਮੈਨੂੰ ਲੱਗਦਾ ਸ਼ਰਲੇ ਹੁਣੀ ਆਪਣਾ ਬੁਢਾਪਾ ਵੀ ਪੂਰੀ ਤਰ੍ਹਾਂ ਮਾਣ ਰਹੇ ਨੇ ਜੀ, ਔਰ ਜੋ ਕੰਮ ਅਸੀਂ ਜਵਾਨ ਨਹੀਂ ਕਰ ਸਕਦੇ ਉਹ ਇਸ ਉਮਰ 'ਚ ਕਰ ਰਹੇ ਨੇ। ਉਹ ਆਪਣੀ ਸਾਰੀ ਇਸ ਜਿੱਤ ਦਾ ਸਿਹਰਾ ਆਪਣੇ ਟ੍ਰੇਨਰ ਨੂੰ ਦਿੰਦੇ ਨੇ ਕਿ ਸਿਰਫ ਜੇ ਉਹ ਨਾ ਹੁੰਦਾ ਸ਼ਾਇਦ ਮੈਂ ਕੁਛ ਵੀ ਨਾ ਕਰ ਪਾਉਂਦੀ, ਪਰ ਇਹ ਉਹਨੇ ਮੈਨੂੰ ਹਿੰਮਤ ਦਿੱਤੀ ਜਿਹਦੇ ਕਰਕੇ ਕਹਿੰਦੇ ਮੈਂ ਇੱਥੋਂ ਤਾਈਂ ਪਹੁੰਚੀ। ਨਹੀਂ ਬਿਲਕੁਲ, ਤੁਸੀਂ ਇਹ ਬਹੁਤ ਵਧੀਆ ਕਹਾਣੀ ਸੁਣਾਈ ਔਰ ਬਹੁਤ ਮੋਟੀਵੇਸ਼ਨਲ ਸੀ। ਮੋਟੀਵੇਸ਼ਨਲ ਬਹੁਤ ਸਕਾਰਾਤਮਕ, ਬਹੁਤ ਜ਼ਿਆਦਾ ਉਤਸੁਕਤਾ ਦੇ ਨਾਲ ਵਧਾਉਣ ਵਾਲੀ ਜਿਹੜੀ ਬਿਲਕੁਲ ਹਾਂ। ਅੱਛਾ ਕੁਸਮ ਜੀ, ਗੱਲਾਂ ਬਾਤਾਂ ਦੇ ਵਿੱਚ ਚਲੋ ਆਪਾਂ ਸ਼ਵੇਤਾ ਸ਼ਰਮਾ ਹੋਰਾਂ ਦੀ ਕਹਾਣੀ ਸੁਣਾਤੀ, ਆਪਾਂ ਸ਼ਰਲੇ ਵੈਬ ਹੋਰਾਂ ਦੀ ਕਹਾਣੀ ਸੁਣਾ ਦਿੱਤੀ, ਪਰ ਜਿਵੇਂ ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ ਆਪਣਾ ਜਿਹੜਾ ਇੱਕ ਪਸੰਦੀਦਾ ਜਿਹੜਾ ਇੱਕ ਉਹ ਹੁੰਦਾ ਹੈ, ਕੀ ਕਹਿੰਦੇ ਹੁੰਦੇ ਆ ਪੋਰਸ਼ਨ ਜਾਂ ਪਸੰਦੀਦਾ ਜਿਹੜਾ ਇੱਕ ਸੈਗਮੈਂਟ ਦੀ ਪੰਜਾਬੀ ਲੱਭ ਕੇ ਲਿਆਉਣੀ ਹੈ ਨਾ ਆਪਾਂ, ਦਰਸ਼ਕਾਂ ਤੇ ਛੱਡਦੇ ਆ। ਨਸਵਾਰੀ ਰੰਗ ਦੇ ਬਹੁਤ ਸਾਰੇ ਕਮੈਂਟਸ ਆਏ ਸੀ, ਉਹਦੇ ਲਈ ਸ਼ੁਕਰੀਆ। ਕਹਿੰਦੇ ਕੋਕਾ ਕੋਲਾ ਕਲਰ, ਬਰਾਊਨ ਕਾਫੀ ਕਲਰ, ਕਾਫੀ ਰੰਗ ਦੇ ਬਹੁਤ ਸਾਰੇ ਕਮੈਂਟਸ ਆ, ਉਹਨੂੰ ਕਹਿੰਦੇ ਨੇ ਨਸਵਾਰੀ ਰੰਗ। ਸੈਗਮੈਂਟ ਦੀ ਪੰਜਾਬੀ ਵੀ ਭੇਜਿਆ ਜੀ, ਹਾਂ ਜ਼ਰੂਰ, ਹੁਣ ਅਸੀਂ ਉਹਦੀ ਉਡੀਕ ਕਰਾਂਗੇ। ਤੇ ਆਪਾਂ ਫਟਾਫਟ ਉਹ ਦੱਸ ਦਈਏ ਅੱਜ, ਫਿਰ ਨੇਕਸਲਾ ਆਪਣੀ ਰਹਿ ਚੱਲੀ ਸੀ, ਫਟਾਫਟ ਉਹ ਸਾਂਝੀ ਕਰ ਲਈਏ। ਦੇਖੋ ਬਰਸਾਤਾਂ ਦੇ ਦਿਨ ਚੱਲ ਰਹੇ ਆ, ਤੇ ਜਦੋਂ ਅਸੀਂ ਭਿੱਜ ਜਾਂਦੇ ਆ, ਖਾਸ ਕਰ ਜਦੋਂ ਸਾਡਾ ਸਿਰ ਭਿੱਜ ਜਾਂਦਾ, ਵਾਲ ਗਿੱਲੇ ਹੋ ਜਾਂਦੇ ਨੇ, ਤਾਂ ਬਹੁਤ ਜ਼ਿਆਦਾ ਡੈਂਡਰਫ ਦੀ ਸਮੱਸਿਆ ਆ ਜਾਂਦੀ ਆ ਜੀ। ਇਹ ਵੈਸੇ ਵੀ ਬਰਸਾਤਾਂ ਦੀ ਤਾਂ ਚਲੋ ਦੂਰ ਦੀ ਗੱਲ ਹੈ, ਕਈਆਂ ਨੂੰ ਇਹ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਕਿ ਡੈਂਡਰਫ ਉਹਨਾਂ ਦੇ ਸਿਰ ਦੇ ਵਿੱਚੋਂ, ਜਿਹਨੂੰ ਆਪਾਂ ਕਹਿੰਦੇ ਨੇ ਸਿਕਰੀ ਦੀ ਜਿਹੜੀ ਸਮੱਸਿਆ, ਉਹ ਕਦੇ ਖਤਮ ਨਹੀਂ ਹੁੰਦੀ। ਤਾਂ ਉਹਦੇ ਲਈ ਬਹੁਤ ਸਾਰੇ ਆਸਾਨ ਤਰੀਕੇ ਨੇ ਜੀ। ਇੱਕ ਤਰੀਕਾ ਤਾਂ ਇਹ ਹੁੰਦਾ ਹੈ ਕਿ ਤੁਸੀਂ ਜਿਹੜਾ ਵੀ ਹੇਅਰ ਆਇਲ ਲਗਾਉਂਦੇ ਹੋ, ਜਿਹੜਾ ਵੀ ਤੇਲ ਵਾਲਾਂ ਦੇ ਵਿੱਚ ਲਗਾਉਂਦੇ ਹੋ, ਮੈਂ ਇੱਕ ਵੀਡੀਓ ਵੇਖ ਰਹੀ ਸੀ, ਉਹ ਮੈਨੂੰ ਬੜੀ ਚੰਗੀ ਲੱਗੀ। ਉਹਦੇ ਵਿੱਚ ਨਾ ਜਿਹੜੇ ਘਰੇਲੂ ਉਪਾਏ ਹੁੰਦੇ ਨੇ ਉਹ ਦੱਸੇ ਗਏ ਸੀ। ਉਹਦੇ 'ਚ ਉਹਨਾਂ ਨੇ ਕੀ ਕੀਤਾ ਕਿ ਤੁਸੀਂ ਕਹਿੰਦੇ ਕਿ ਨਾਰੀਅਲ ਦਾ ਤੇਲ ਲਾ ਲਓ, ਨਾਰੀਅਲ ਦੇ ਤੇਲ ਦੇ ਵਿੱਚ 4-5, ਜੇਕਰ ਉਹ 100 ਗ੍ਰਾਮ ਦੇ ਨੇੜੇ ਤੇੜੇ ਤੇਲ ਹੈ ਤਾਂ ਉਹਦੇ ਵਿੱਚ 4-5 ਹਿਬਿਸਕਸ ਦੇ ਫੁੱਲ। ਉਹ ਕੀ ਹੁੰਦਾ? ਜਿਹਨੂੰ ਆਪਾਂ ਕਹਿੰਦੇ ਹਾਂ
ਇੱਕ ਦਿਨ ਨਵਾਂ ਨਾਂ ਲੱਭ ਲਿਆਉਂਦੇ ਆ ਸਾਨੂੰ ਚੱਕਰ ਚ ਪਾ ਦਿੰਦੇ ਆ। ਦੇ ਲਾਲ ਰੰਗ ਦੇ ਫੁੱਲ ਨਹੀਂ ਜਿਹਦੇ ਵਿੱਚੋਂ ਪਾਈਪ ਜੀ ਐ ਬਾਹਰ ਹੁੰਦੀ ਆ, ਉਹ ਜਿਹਨੂੰ ਕਹਿੰਦੇ ਨੇ ਗੁੜਹਲ ਦੇ ਫੁੱਲ ਕਹਿੰਦੇ ਨੇ ਉਹਨੂੰ ਹਿੰਦੀ ਚ। ਕੁੱਕੜ ਕਲ ਵੀ ਪੈਂਦੇ ਆ ਇੱਥੇ? ਨਹੀਂ ਨਹੀਂ, ਕੁੱਕੜ ਕਲ ਵੀ ਅਲੱਗ ਹੁੰਦੀ ਆ, ਹੋਰ ਹੁੰਦੀ ਆ। ਅੱਛਾ, ਤੁਸੀਂ ਕੁਝ ਹੋਰ ਹੀ ਨਾ ਕਰ ਚਲਵਾ ਦਿਓ ਨਾ, ਤਾਂ ਇਹੋ ਜਿਹੇ ਹੁੰਦੇ ਆ। ਗੁੜਹਲ ਦੇ ਫੁੱਲ ਉਹਨੂੰ ਕਹਿੰਦੇ ਨੇ, ਹਨਾ, ਉਹ ਹਿਬਿਸਕਸ ਫਲਾਵਰਸ ਹੁੰਦੇ ਨੇ। ਉਹ ਕਹਿੰਦੇ ਕਿ ਤੁਸੀਂ ਜੇ 100 ਗ੍ਰਾਮ ਅੱਛਾ ਮੈਂ ਤੁਹਾਨੂੰ ਦੱਸ ਦਊਂਗੀ, ਜੇਕਰ 100 ਗ੍ਰਾਮ ਤੇਲ ਹੈ ਨਾਰੀਅਲ ਦਾ ਤੇ ਉਹਦੇ ਵਿੱਚ ਤੁਸੀਂ ਉਹ 4-5 ਜਿਹੜੇ ਫੁੱਲ ਨੇ ਉਹ ਪੂਰੇ ਲੈ ਲਓ ਤੇ ਉਹਦੇ ਵਿੱਚ ਸਾੜ ਲਓ। ਅੱਛਾ, ਚੰਗੀ ਤਰ੍ਹਾਂ ਦੇ ਨਾਲ ਉਹਨੂੰ ਉਬਾਲੀ ਜਾਓ, ਉਬਾਲੀ ਜਾਓ, ਮੁੜ ਕੇ ਉਹ ਨਾ ਐਨ ਕ੍ਰਿਸਪੀ ਜੇ ਜਦੋਂ ਹੋ ਜਾਣ, ਹਨਾ, ਇੱਦਾਂ ਕੜਕੜ ਦੀ ਆਵਾਜ਼ ਆਉਣ ਲੱਗ ਜਾਏ, ਇੱਦਾਂ ਉਹਨੂੰ ਸਾੜ ਲਓ। ਮੁੜ ਕੇ ਜਦੋਂ ਠੰਡਾ ਹੋ ਜਾਵੇ ਉਹ ਤੇਲ ਨੂੰ ਪੁਣ ਲਓ ਤੇ ਚੰਗੀ ਤਰ੍ਹਾਂ ਜਿਹੜੀ ਉਹ ਫੁੱਲ ਹੈ ਉਹਨੂੰ ਵੀ ਇੱਦਾਂ ਨਿਚੋੜ ਲਓ, ਹਨਾ। ਤੇ ਉਹ ਜਿਹੜਾ ਤੇਲ ਹੈ ਉਹ ਜਦੋਂ ਵੀ ਸਿਰ ਦੇ ਵਿੱਚ ਲਗਾਉਣਾ ਉਹਨੂੰ ਹਲਕਾ ਜਿਹਾ ਗਰਮ ਕਰਕੇ, ਪਰ ਗਰਮ ਡਾਇਰੈਕਟ ਨਹੀਂ ਕਰਨਾ ਗੈਸ ਦੇ ਉੱਪਰ, ਉਹਨੂੰ ਤੁਸੀਂ ਕਿਸੇ ਵੀ ਭਾਂਡੇ 'ਚ ਪਾਣੀ ਗਰਮ ਕਰਕੇ ਉਹਦੇ ਵਿੱਚ ਰੱਖਣਾ, ਹਨਾ, ਤੇਲ ਨਾਲ। ਹਾਂ, ਜਿੱਦਾਂ ਬੋਟਲ ਹੈ, ਬੋਟਲ 'ਚ ਤੇਲ ਤੁਸੀਂ ਪਾਇਆ ਤੇ ਉਹ ਬੋਟਲ ਨੂੰ ਗਰਮ ਪਾਣੀ 'ਚ ਰੱਖ ਲਓ, ਇੱਦਾਂ ਉਹ ਜਦੋਂ ਕੋਸਾ ਜਿਹਾ ਹੋ ਜਾਵੇ ਤੇਲ ਤੇ ਉਸ ਤੇਲ ਨੂੰ ਤੁਸੀਂ ਆਪਣੇ ਸਿਰ 'ਚ ਲਗਾਓ, ਇੱਦਾਂ ਇੱਦਾਂ ਕਰਕੇ ਚੰਗੀ ਤਰ੍ਹਾਂ ਸਕੈਲਪ ਦੇ ਉੱਤੇ। ਇਹਦੇ ਨਾਲ ਤੁਹਾਡੀ ਜਿਹੜੀ ਜੇਕਰ ਵਾਲਾਂ 'ਚ ਬਹੁਤ ਖੁਰਕ ਹੁੰਦੀ ਹੈ ਸਿਰ ਦੇ ਵਿੱਚ, ਜੇਕਰ ਬਹੁਤ ਜ਼ਿਆਦਾ ਸਿਕਰੀ ਹੈ ਤਾਂ ਦੂਰ ਹੋ ਜਾਏਗੀ, ਇੱਦਾਂ ਇੱਦਾਂ ਕਰਕੇ ਲਾਉਣਾ, ਠੀਕ ਆ। ਹਾਂ, ਉਸ ਤੋਂ ਇਲਾਵਾ ਤੁਸੀਂ ਨਿੰਬੂ, ਅੱਛਾ, ਇੱਕ ਨਿੰਬੂ ਤਾਂ ਵੈਸੇ ਬਹੁਤ ਕਾਰਗਰ ਆ ਜੀ, ਉਹ ਆਪਾਂ ਜ਼ਰੂਰ ਸੁਣਾਂਗੇ, ਪਰ ਮੇਰੇ ਕੋਲ ਇੱਕ ਹੋਰ ਸੌਖਾ ਤਰੀਕਾ ਜਿਹੜਾ ਕਿ ਮੰਮਾ ਦੱਸਦੇ ਹੁੰਦੇ ਆ, ਉਹਨਾਂ ਨੇ ਮੇਰੇ ਤੇ ਵਰਤਿਆ। ਜਿਹੜਾ ਵੀ ਤੁਸੀਂ ਸ਼ੈਂਪੂ ਵਰਤਦੇ ਹੋ ਉਹ ਸ਼ੈਂਪੂ ਲੈ ਕੇ ਥੋੜੀ ਜਿਹੀ ਮਾਤਰਾ ਦੇ ਵਿੱਚ, ਤੇ ਇੱਕ ਕੋਈ ਵੀ ਜਿਹੜਾ ਆਪਣੇ ਘਰ ਦੇ ਵਿੱਚ ਸੈਵਲੋਨ ਪਿਆ ਹੁੰਦਾ, ਡਿਟੋਲ ਨਹੀਂ ਲੈਣਾ ਕਿਉਂਕਿ ਉਹ ਤੁਹਾਡੀ ਜਿਹੜੀ ਸਕਿਨ ਆ ਉਹ ਸਾੜ ਖੁਸ਼ਕ ਕਰ ਦਿੰਦੇ ਆ। ਸੈਵਲੋਨ ਲੈਣਾ, ਦੋਨਾਂ ਨੂੰ ਮਿਕਸ ਕਰਨਾ, ਸੈਵਲੋਨ ਘੱਟ ਮਾਤਰਾ ਵਿੱਚ ਲੈਣਾ ਸ਼ੈਂਪੂ ਨਾਲੋਂ, ਉਹਨਾਂ ਨੂੰ ਮਿਕਸ ਕਰਕੇ ਵਾਲਾਂ ਵਿੱਚ ਇੱਦਾਂ ਲਗਾ ਲੈਣਾ ਜਿੱਦਾਂ ਆਪਾਂ ਦਵਾਈ ਲਗਾਉਂਦੇ ਨਾ ਵਾਲਾਂ ਦੇ ਵਿੱਚ, ਤੇ ਉਸ ਤਰ੍ਹਾਂ ਲਗਾ ਕੇ ਉਹਨੂੰ 10 ਮਿੰਟ ਲਈ ਛੱਡ ਦੇਣਾ, ਉਸ ਤੋਂ ਬਾਅਦ ਉਹਨੂੰ ਧੋ ਲੈਣਾ ਤੇ ਫਿਰ ਸ਼ੈਂਪੂ ਕਰ ਲੈਣੇ ਵਾਲ ਜਿਵੇਂ ਤੁਸੀਂ ਕਰਦੇ ਹੋ, ਉਹਦੇ ਨਾਲ ਵੀ ਡੈਂਡਰਫ ਕਾਫੀ ਘੱਟ ਜਾਂਦਾ। ਉਸ ਤੋਂ ਇਲਾਵਾ ਤੁਸੀਂ ਜਿਹੜਾ ਨਿੰਬੂ ਹੈ ਚਾਹੇ ਤਾਂ ਆਪਣੇ ਤੇਲ ਦੇ ਵਿੱਚ ਨਿੰਬੂ ਦਾ ਰਸ ਪਾ ਕੇ ਤੇ ਉਹਨੂੰ ਲਗਾ ਲਓ ਵਾਲਾਂ ਦੇ ਵਿੱਚ, ਜਾਂ ਫਿਰ ਡਾਇਰੈਕਟ ਜਿਹੜਾ ਨਿੰਬੂ ਹੈ ਉਹਨੂੰ ਕਹਿੰਦੇ ਕਿ ਨਿੰਬੂ ਦੇ ਰਸ ਨੂੰ ਆਪਣੇ ਵਾਲਾਂ 'ਚ ਲਗਾਓ ਤੇ ਉਸ ਤੋਂ ਬਾਅਦ 20 ਮਿੰਟ ਉਹਨੂੰ ਰੱਖ ਕੇ ਤੇ ਫਿਰ ਵਾਲ ਧੋ ਦਿਓ। ਮੁਸ਼ਕ ਪੂਰ ਨਾਲ ਵੀ ਹਟ ਜਾਂਦੀ ਨਾ ਸਿੱਕਰੀ? ਵਾਹ, ਪਾਣੀ ਸਭ ਤੋਂ ਜ਼ਿਆਦਾ ਪੀਓ, ਕਿਉਂਕਿ ਜਦੋਂ ਤੁਹਾਡੇ ਸਕੈਲਪ ਦੀ ਜਿਹੜੀ ਸਕਿਨ ਆ ਉਹ ਜਦੋਂ ਰੁੱਖੀ ਹੋ ਜਾਂਦੀ, ਖੁਸ਼ਕ ਹੋ ਜਾਂਦੀ ਹੈ, ਤੇ ਫਿਰ ਇਹ ਸਿੱਕਰੀ ਦੀ ਸਮੱਸਿਆ ਹੁੰਦੀ ਹੈ। ਸੋ ਫਿਲਹਾਲ ਦੇ ਲਈ ਹੁਣ ਸਮਾਂ ਟਿਕ 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 ਅੱਗੇ ਵੱਧ ਗਿਆ ਜੀ, ਸਾਡੇ ਜਾਣ ਦਾ ਵੇਲਾ ਹੋ ਗਿਆ ਤੇ ਅਸੀਂ ਹੁਣ ਚੱਲਦੇ ਹਾਂ, ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਭੇਜਿਓ। ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੇਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।